ਸੂਬੇ ਵਿੱਚ ਜਿੱਥੇ ਇੱਕ ਪਾਸੇ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ, ਉੱਥੇ ਹੀ ਛੋਟੀਆਂ ਬੱਚੀਆਂ ਨੂੰ ਦਰਿੰਦਿਆਂ ਵੱਲੋਂ ਆਪਣੀ ਗੰਦੀ ਨੀਅਤ ਦਾ ਲਗਾਤਾਰ ਸ਼ਿਕਾਰ ਬਣਾਇਆ ਜਾ ਰਿਹਾ। ਹੁਣ ਜਲੰਧਰ ਵਿੱਚ ਇੱਕ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪ੍ਰਵਾਸੀ ਭਾਰਤੀ ਦੀ 3 ਸਾਲ ਦੀ ਬੱਚੀ ਨਾਲ ਗੁਆਂਢੀ ਨੇ ਹੀ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਖੂਨ ਨਾਲ ਲੱਥਪੱਥ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ। ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਨੇ ਕੀਆ? ਦੋ ਨੌਕਰ ਰਹਾ, ਮੈਂ ਮਸ਼ੀਨ ਲੈ ਕੇ ਰਹਾ, ਰੀਪਰ ਟੂੜੀ ਵਾਲਾ। ਕਹਿੰਦਾ ਮੈਂ ਆ ਕੇ 1 ਵਜੇ ਮਸ਼ੀਨ ਖੜੀ ਕੇ ਰੋਟੀ ਖਾ ਕੇ ਪੈ ਗਿਆ। ਉਹ ਨੌਕਰ ਤਾਂ ਰਹਾ, ਉਹ ਰੋਟੀ ਦਾਰੂ ਪੀਤੀ ਰਹਾ। ਮੇਰੇ ਆਂਖ ਲੱਗ ਗਏ ਬੱਚੀ ਨੂੰ ਚੱਕ ਕੇ, ਮੈਨੂੰ ਕੁੰਡਾ ਲਾ ਕੇ ਬਾਹਰ ਸੇ ਬੱਚੀ ਨੂੰ ਚੱਕ ਕੇ ਦੌੜ ਗਿਆ। ਕੌਣ ਚੱਕ ਕੇ ਦੌੜਿਆ? ਸਰਦਾਰ ਦਾ ਨੌਕਰ। ਕਿਹੜਾ ਸਰਦਾਰ? ਕਿੱਥੇ ਰਹਿੰਦਾ? ਮਿੰਦਰ ਕਲਾਰ। ਕਿੱਥੇ ਰਹਿੰਦਾ? ਸਰਾਰੀ ਪਿੰਡ। ਕਿੱਥੇ ਕੰਮ ਕਰਦਾ ਉਹ ਸਰਦਾਰ ਦਾ ਨੌਕਰ? ਸਰਦਾਰ ਹੈ ਕਿ ਮਿੰਦਰ ਕਲਾ ਲੈ ਕੇ ਨੌਕਰੀ? ਕਿੱਥੇ? ਉਹਦੇ ਘਰ 'ਚ ਕਿਤੇ? ਉਹਦੀ ਦੁਕਾਨ 'ਚ? ਖੂਹ 'ਤੇ। ਖੂਹ 'ਤੇ ਕੀ ਕੰਮ ਕਰਦਾ? ਪੱਠੇ ਪੋਤਾ ਰਹਾ। ਆਪ ਕਿਆ ਕੰਮ ਕਰਤੇ? ਮੈਂ ਟਰੈਕਟਰ ਚਲਾਇਆ ਤਰਾਂ। ਕਦੋਂ ਪਤਾ ਲੱਗਾ ਤੁਹਾਨੂੰ ਇਹਦਾ ਸਾਰਾ ਕੁਛ? ਹਮਕਾ ਪਤਾ ਲਗਾ 2 ਵਜੇ ਰਾਤ ਨੂੰ। ਇਹ ਆਪਨੇ ਪੁਲਿਸ ਕੋ ਇਨਫੋਰਮ ਕੀਆ? ਹਾਂ, ਪੁਲਿਸ ਨੂੰ ਕੀਤਾ ਹੈ। ਇਹ ਕੱਲ ਰਾਤ ਕੀ ਬਾਤ ਹੈ? ਪਰਸੋਂ ਰਾਤ ਕੀ ਬਾਤ ਹੈ। ਪਰਸੋਂ ਰਾਤ ਕੀ ਬਾਤ ਹੈ? ਹਾਂਜੀ। ਕਿੰਨੇ ਸਾਲ ਕੀ ਬੱਚੀ ਹੈ? 3 ਸਾਲ ਕੀ। ਪੁਲਿਸ ਨੇ ਕਿਆ ਕੀਆ? ਪੁਲਿਸ ਜਡਿਆਲੇ ਭੇਜਿਆ। ਜਡਿਆਲੇ ਅਸੀਂ ਇੱਥੇ ਭੇਜ ਦਿੱਤਾ ਬੱਚੇ। ਜਦ ਭੇਜਾ ਆਪਕੋ? ਅਬ ਆਪ ਕਹਾਂ ਪਰ ਹੋ? ਜਲੰਧਰ ਮੇਂ। ਤੋ ਪੁਲਿਸ ਨੇ ਆਪਕੋ ਕਿਆ ਆਸ਼ਵਾਸਨ ਦਿਆ? ਪੁਲਿਸ ਕਹਿਣ ਲੱਗਿਆ ਘਬੜਾਉਣਾ, ਮੈਂ ਫੜ ਕੇ ਲਾਉਣਾ ਆ, ਮੈਂ ਚਲਿਆ ਆ ਯੂਪੀ। ਯੂਪੀ ਉਹ ਦੌੜ ਗਿਆ ਆ, ਉੱਥੇ ਫੜਨ ਪੁਲਿਸ ਗਈ ਆ, ਅਭੀ ਕੋਈ ਪਤਾ ਨਹੀਂ ਹੈ। ਫੜਾ ਨਹੀਂ ਗਿਆ ਉਹ? ਅਭੀ ਨਹੀਂ ਫੜਾ ਗਿਆ। FIR ਲਾਂਚ ਕਰ ਦਿੱਤੀ ਪੁਲਿਸ ਨੇ? ਹਾਂਜੀ। ਬਹਿਰਹਾਲ ਪੁਲਿਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ, ਪਰ ਕਿਹਾ ਜਾ ਰਿਹਾ ਕਿ ਦੋਸ਼ੀ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਿਹਾਰ ਫਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।